ਪਿਆਰ ਸੀਗਾ ਤਾਂ ਹੀ ਆਉਣੇ ਹੈਗੇ ਤੇ ਆਉਂਦੇ ਰਹਾਂਗੇ ਜਿੰਨਾ ਚਿਰ ਹੈਗੇ ਆ ਨਾ ਆਉਂਦੇ ਰਹਾਂਗੇ। ਕਿਦੋਂ ਤੋਂ ਜਾਣਦੇ ਸਿੱਧੂ ਨੂੰ, ਸਿੱਧੂ ਬਾਰੇ ਕੀ? ਮੈਂ ਜੀ ਪਹਿਲੇ ਦਿਨ ਤੋਂ ਹੀ ਜਾਣਦਾ, ਜਦੋਂ ਦਾ ਬਾਈ ਨਾਲ ਸੋਹਾ ਹੀ ਗਾਣਾ ਆਇਆ ਮੈਂ ਤਾਂ ਉਦੋਂ ਤੋਂ ਜਾਣਦਾ। ਜਦੋਂ ਬਾਈ ਪਹਿਲੀ ਵਾਰ ਆਇਆ ਸੀ ਇੰਡੀਆ ਕਨੇਡਾ ਤੋਂ, ਉਸੇ ਦਿਨ ਹੀ ਮਿਲ ਕੇ ਆਇਆ ਸੀਗਾ ਮੈਂ, ਉਦੋਂ ਦਾ ਹੀ ਜਾਣਦਾ। ਕਿਹੋ ਜਿਹਾ ਇਨਸਾਨ ਸੀ ਸਿੱਧੂ ਮਿਲਦਾ? ਬਹੁਤ ਪਿਆਰਾ ਵੀਰੇ, ਬਹੁਤ ਵਧੀਆ ਇਨਸਾਨ ਸੀ। ਜਿਵੇਂ ਮੈਂ ਆਇਆ ਮੈਨੂੰ ਆਪ ਕਾਰ 'ਚ ਚੱਕ ਕੇ ਵੀਲ ਚੇਅਰ 'ਤੇ ਬਹਾਤਾ ਪਹਿਲੀ ਵਾਰ ਵੀ ਬਾਈ ਬੈਠ ਬੈਠ ਚੇ ਛੇਤੀ ਘਰੇ ਬਹਿ ਕੇ ਮੈਨੂੰ ਚਾਹ ਪਾਣੀ ਪਿਆਇਆ, ਆਪ ਚੱਕ ਕੇ ਬਹਾਉਣਾ ਏਡੇ ਵੱਡੇ ਸਟਾਰ ਜਦੋਂ ਆਪ ਚੱਕ ਕੇ ਮੈਂ ਬਾਹਰ ਪਾਇਆ ਚੇਅਰ 'ਤੇ, ਛੋਟੀ ਮੋਟੀ ਗੱਲ ਨਹੀਂ। ਹੋਰ ਕੋਈ ਕਲਾਕਾਰ ਹੋਵੇ ਅਗਲਾ ਦੂਰ ਹੀ ਕਰਨ ਲੱਗ ਜਾਂਦਾ, ਨਾ ਨਾ ਬਾਈ ਅਸੀਂ ਨਹੀਂ ਮਿਲਦੇ, ਉਹ ਬਾਈ ਆਪ ਚੱਕ ਕੇ ਘਰੇ ਲੈ ਕੇ ਗਿਆ। ਲਾਸਟ ਵਾਰ ਬਾਈ ਨੂੰ ਮੈਂ ਜਦੋਂ ਬਸ ਵੋਟਾਂ ਟਾਈਮ ਸੀ ਉਦੋਂ ਮੈਂ ਭਿੱਖੀ ਮਿਲਿਆ ਸੀਗਾ ਬਾਈ ਨੂੰ ਵੋਟਾਂ ਵੇਲੇ, ਬਸ ਉਦੋਂ ਲਾਸਟ ਵਾਰ ਮਿਲਿਆ ਸੀ ਭਿੱਖੀ। ਆਸੇ ਪਾਸੇ ਮੇਲੇ ਨੇ ਪਰ ਫੀਲ ਅਲੋਨ ਕਰਾਂ, ਕੋਲ ਫੋਨ ਤਾਂ ਦੋ ਦੋ ਨੇ ਪਰ ਕਿਹਨੂੰ ਫੋਨ ਕਰਾਂ, ਉਹ ਵਾਲੀ ਲਾਈਨ ਬਸ ਜਮਾ ਹੋ ਸੀ। ਉੱਥੋਂ ਪਤਾ ਲੱਗਦਾ ਜੀ ਬਾਈ ਅੰਦਰੋਂ ਕਿੰਨਾ ਕੁ ਦੁਖੀ ਸੀਗਾ। ਮੈਂ ਤਾਂ ਬਹੁਤ ਹਰ ਵਾਰੀ ਆਉਣਾ, ਮੈਂ ਤਾਂ ਮਾਤਾ ਹੁਣ ਨੂੰ ਬਾਪੂ ਹੁਣਾਂ ਨੂੰ ਮਿਲ ਕੇ ਜਾਂਦਾ ਹੈਗਾ, ਬਹੁਤ ਉਹ ਹੈਗਾ, ਦੇਖ ਕੇ ਬਹੁਤ ਦੁੱਖ ਲੱਗਦਾ। ਪਿਛਲੀ ਵਾਰ ਬਾਪੂ ਕੋਲ ਮੈਂ ਮੇਰੇ ਦੋਸਤ ਕੋਲ ਥਾਰ ਸੀਗੀ ਉਹਦੇ 'ਤੇ ਆਇਆ, ਮੈਂ ਕਿਹਾ ਬਾਪੂ ਅਸੀਂ ਵੀ ਥਾਰ 'ਤੇ ਆਏ ਹਾਂ, ਕਹਿੰਦਾ ਪੁੱਤ ਥਾਰ ਤਾਂ ਕਹਿੰਦਾ ਸੇਮ ਹੈ ਪਰ ਕਹਿੰਦਾ ਫਰਕ ਇੰਨਾ, ਕਹਿੰਦਾ ਉਹ 'ਤੇ ਗੋਲੀਆਂ ਵੱਜੀਆਂ ਹੋਈਆਂ। ਆਪਾਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਸਟਿਸ, ਛੇਤੀ ਤੋਂ ਛੇਤੀ ਜਸਟਿਸ ਮਿਲ ਜੇ, ਬਸ ਹੋਰ ਕੁਛ ਨਹੀਂ, ਬਸ ਇੱਕ ਵਾਰ ਜਸਟਿਸ ਮਿਲ ਜੇ ਉਹਨਾਂ ਨੂੰ, ਦੁਖੀ ਬਹੁਤ ਨੇ ਉਹ ਬਸ ਵਿਚਾਰੇ, ਛੇ ਛੇਤੀ ਜਸਟਿਸ ਦਵਾ ਦਿਉ, ਉਹ ਵਿਚਾਰੇ ਬਹੁਤ ਦੁਖੀ ਨੇ। ਰਾਤ ਮਾਤਾ ਨੇ ਐਡੀ ਉਹ ਪੋਸਟ ਪਾਈ ਇੰਸਟਾਗ੍ਰਾਮ 'ਤੇ, ਸੁਣ ਕੇ ਦੇਖ ਕੇ ਬਾਈ ਅੱਖਾਂ ਭਰ ਜਾਂਦੀਆਂ ਗੀਆਂ, ਉਹਨਾਂ ਨੂੰ ਜਸਟਿਸ ਮਿਲ ਜੇ। ਮਾਨ ਸਰਕਾਰ ਨੂੰ ਆਹੀ ਬੇਨਤੀ ਹੈ ਵੀ ਪਲੀਜ਼ ਜਸਟਿਸ ਦਵਾ ਦਿਉ ਬਸ। ਧੰਨਵਾਦ ਜੀ।